ਲਈਏ, ਆਓ ਉਹਦੇ ਦਰਬਾਰ ਦੀ ਸ਼ਾਨ ਦੇ ਚਾਰ ਅੱਖਰ ਸੁਣ ਲਈਏ। ਇਹ ਛੰਦ ਹੈ 94 ਕਲੀਆ। ਕਵੀਸ਼ਰੀ ਦਾ ਜਨਮ ਜਿਹੜਾ ਹੈ 26 ਅੱਖਰਾਂ ਤੋਂ ਹੋਇਆ। ਤਰੱਕੀ ਕਰਦੀ ਕਰਦੀ ਕਵੀਸ਼ਰੀ ਇੱਥੇ ਪਹੁੰਚੀ ਕਿ ਬਾਬੂ ਰਾਜਬਲੀ ਨੇ ਇੱਕ ਛੰਦ ਲਿਖ ਦਿੱਤਾ। ਉਹਨੇ 72 ਅੱਖਰ ਇੱਕ ਲਾਈਨ ਵਿੱਚ ਜੋੜ ਦਿੱਤੇ, ਇੱਕ ਬੰਦ ਵਿੱਚ ਜੋੜ ਦਿੱਤੇ। 45 ਵਰੇ ਕਿਸੇ ਨੇ 72 ਕਲੀਆ ਨਹੀਂ ਲਿਖਿਆ, ਮੇਰੇ ਉਸਤਾਦ ਨੇ ਵੀ ਨਹੀਂ ਲਿਖਿਆ, ਪਰ ਭਾਈ ਕਰਨੈਲ ਸਿੰਘ ਰਾਮੂ ਵਾਲੀ ਆ ਜਿਹਨੂੰ ਮੇਰੇ ਤੋਂ ਪਹਿਲਾਂ ਕਵੀਸ਼ਰੀ ਦੇ ਬਾਦਸ਼ਾਹ ਦਾ 15 ਸਾਲ ਪਹਿਲਾਂ ਖਿਤਾਬ ਮਿਲਿਆ, ਉਹਨੇ ਵੀ 72 ਕਲੀਆ ਨਹੀਂ ਲਿਖਿਆ। ਗੱਲ ਕਿ ਜਿੰਨੇ ਕਵੀਸ਼ਰ ਹੋਏ 72 ਕਲੀਆ ਕਿਨੇ ਨਹੀਂ ਲਿਖਿਆ। ਬਾਬੂ ਰਾਜਬਲੀ ਨੇ 72 ਕਲੀਆ ਲਿਖ ਕੇ ਮਾਰਕਾ ਮਾਰਿਆ, ਪਟਿਆਲਾ ਯੂਨੀਵਰਸਿਟੀਆਂ ਉਹਦੀ ਤਸਵੀਰ ਲਾਈ ਹੋਈ ਹੈ, ਅਜੇ ਤੱਕ ਲਿਖਿਆ ਹੋਇਆ ਕਵੀਸ਼ਰੀ ਦਾ ਅੰਬਾਰ ਟੈਂਡ। ਇਹਦਾ ਮਤਲਬ ਇਸ ਤੋਂ ਅੱਗੇ ਕੋਈ ਨਹੀਂ ਜਾ ਸਕਦਾ। ਮੈਨੂੰ ਆ ਗੁਰਮੁਖ ਸਿੰਘ ਕਹਿਣ ਲੱਗਾ, ਇਹ ਮੇਰਾ ਚੇਲਾ ਵੀ ਹੈ, ਇਹ ਮੇਰਾ ਬੱਚਾ ਵੀ ਹੈ, ਤੇ ਹੁਣ ਮੇਰਾ ਇਹ ਪ੍ਰਾਹੁਣਾ ਵੀ। ਇਹ ਕਹਿਣ ਲੱਗਾ, ਪਾਪਾ ਜੀ ਜੇ ਆਖੋ ਤੇ 72 ਕਲੀਆ ਮੈਂ ਲਿਖਾਂ। ਮੈਂ ਕਿਹਾ, ਬੇਟਾ 50 ਵਰੇ ਕਿਨੇ 72 ਕਲੀਆ ਨਹੀਂ ਲਿਖਿਆ, ਬਾਬੂ ਰਾਜਬਲੀ ਤੋਂ ਬਾਅਦ 72 ਕਲੀਆ ਨਹੀਂ ਪੈਦਾ ਕਰਨ ਵਾਲਾ ਕੋਈ ਹੋਇਆ। ਇਹ ਕਹਿੰਦਾ, ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਸ਼ਾਇਦ ਲਿਖਾਂ। ਮੈਂ ਕਿਹਾ, ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੈ, ਮਾਰ ਲਾ ਟੱਕਰਾਂ। 5 ਮਹੀਨੇ ਗੁਜ਼ਰ ਗਏ, 10ਵੇਂ ਪਾਤਸ਼ਾਹ ਦੇ ਗੁਰਪੁਰਬ ਤੇ ਜਾ ਰਹੇ ਸਾਂ, 10 ਵਜੇ ਦਾ ਸਮਾਂ ਸੀ। ਇਹ ਪਿਛਲੀ ਸੀਟ ਤੇ ਬੈਠੇ ਛੰਦ ਪੜਨ, ਮੇਰਿਆਂ ਕੰਨਾਂ ਨੇ ਸੁਣੀ ਗੱਲ ਤੇ ਮਨ ਨੇ ਸੋਚਿਆ, ਕਿਸੇ ਮਾਲਵੇ ਦੇ ਕਵੀਸ਼ਰ ਨੂੰ ਇਹਨੇ ਰੁਪਈਆ 10-15 ਹਜ਼ਾਰ ਦਿੱਤਾ ਹੋਣਾ ਵੀ ਮੇਰਾ ਨਾਂ ਬਣ ਜਾਏ ਛੰਦ ਲਿਖਦੇ। ਮੈਂ ਗੱਡੀ ਘਲਿਆਰ ਕੇ ਇਹਨੂੰ ਪੁੱਛਿਆ, ਕਿਨ ਲਿਖਿਆ? ਇਹ ਕਹਿੰਦਾ, ਤੁਹਾਡੇ ਪੁੱਤਰ ਨੇ ਲਿਖਿਆ। ਮੈਂ ਕਿਹਾ, ਮੈਂ ਨਹੀਂ ਮੰਨਦਾ। ਇਹ ਕਹਿੰਦਾ, ਪਾਪਾ ਜੀ ਇਨਕੁਆਇਰੀ ਕਰ ਲਓ, ਜੇ ਮੈਂ ਨਾ ਲਿਖਿਆ ਹੋਵੇ ਤੇ ਸਜ਼ਾ ਦਿਓ। ਮੈਂ ਉਸ ਛੰਦ ਨੂੰ ਖਾਲਸਾ ਜੀ ਵਾਚਿਆ, ਉਹਨੂੰ ਪੜਿਆ, ਉਹਨੂੰ ਵਿਚਾਰਿਆ, ਉਹਦੀ ਗਿਣਤੀ ਮਿਣਤੀ ਕੀਤੀ ਹੈ। ਬਾਬੂ ਰਾਜਬਲੀ ਦੇ ਇੱਕ ਬੰਦ ਵਿੱਚ 72 ਅੱਖਰ ਸਨ, ਗੁਰਮੁਖ ਸਿੰਘ ਦੇ ਲਿਖੇ ਹੋਏ ਛੰਦ ਵਿੱਚ ਇੱਕ ਬੰਦ ਵਿੱਚ 94 ਅੱਖਰ। ਇਹਦੇ 16 ਬੰਦ ਹੈ ਇੱਕੇ ਛੰਦ ਦੇ, ਕਲਗੀਆਂ ਵਾਲੇ ਦੇ ਦਰਬਾਰ ਦੀ ਸ਼ਾਨ ਇਹਨੇ ਨਕਸ਼ਾ ਖਿੱਚਿਆ। 16 ਹੀ ਬੰਦ 94 ਅੱਖਰਾਂ ਦੇ ਹੈ, ਨਾ 95 ਕਿਸੇ ਬੰਦ ਵਿੱਚ, ਨਾ 93 ਕਿਸੇ ਬੰਦ ਵਿੱਚ। ਹਾਲਾਂ ਸਾਨੂੰ ਛੋਟ ਹੈ ਵੀ ਅਸੀਂ ਇੱਕ ਅੱਖਰ ਵਧਾ ਘਟਾ ਸਕਦੇ ਹਾਂ, ਪਰ ਇਸ ਨੌਜਵਾਨ ਨੇ ਖੂਬੀ ਵਿਖਾਈ ਹੈ। 16 ਬੰਦ ਨੇ, 16 ਹੀ 94 ਅੱਖਰਾਂ ਦੇ ਹੈ। ਰਾਜਾ ਭੀਮ ਚੰਦ ਕਲੂਰੀਆ ਬਿਲਾਸਪੁਰ ਰਿਆਸਤ ਦਾ ਮਾਲਕ, 22 ਧਾਰ ਦੇ ਰਾਜਿਆਂ ਦਾ ਸਿਰਮੌਰ, ਜਦੋਂ ਪਹਿਲੇ ਦਿਨ ਕਲਗੀਆਂ ਵਾਲੇ ਦੇ ਦਰਸ਼ਨ ਕਰਨ ਆਨੰਦਪੁਰ ਗਿਆ, ਸੋਚਦਾ ਇਹ ਜਾਂਦਾ ਸੀ ਮੈਂ ਸਿੱਖਾਂ ਦੇ ਗੁਰੂ ਨੂੰ ਮੱਥਾ ਨਹੀਂ ਟੇਕਣਾ। ਉਹ ਫਕੀਰ ਦਾ ਪੁੱਤਰ ਹੈ, ਮੈਂ ਰਾਜੇ ਦਾ ਪੁੱਤਰ ਹਾਂ, ਉਹ 17 ਵਰਿਆਂ ਦਾ, ਮੈਂ 62 ਵਰਿਆਂ ਦਾ, ਜੇ ਮੈਂ ਉਹਨੂੰ ਮੱਥਾ ਟੇਕਿਆ ਮੇਰੀ ਸ਼ਾਨ ਘੱਟ ਜਾਣੀ ਹੈ, ਉਹ ਮੈਨੂੰ ਨਮਸਕਾਰ ਕਰੇ ਮੇਰੀ ਸ਼ਾਨ ਬਣਨੀ ਹੈ। ਇਹ ਗਿੱਟੀਆਂ ਗਿਣਦਾ ਵਿਉਂਤਾ ਬਣਾਉਂਦਾ ਜਦੋਂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਾ, ਮੱਥਾ ਟੇਕਣ ਲੱਗਾ, ਇਹਨੇ ਵੇਖਿਆ ਕਲਗੀਆਂ ਵਾਲੇ ਦੇ ਪਿੱਛੇ ਪ੍ਰਸਾਦੀ ਹਾਥੀ ਖਲੋਤਾ ਹੈ, ਸੁੰਨ ਤੋਂ ਲੈ ਕੇ ਪੂਛ ਤੱਕ ਚਿੱਟੀ ਧਾਰ ਹੈ ਇਹਦੇ ਸਰੀਰ ਤੇ, ਬਾਕੀ ਇਹ ਭੂਰੇ ਰੰਗ ਦਾ ਹੈ। ਸੁੰਨ ਵਿੱਚ ਚੌਰ ਫੜ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਚੌਰ ਕਰ ਰਿਹਾ ਪ੍ਰਸਾਦੀ ਹਾਥੀ। ਇਹ ਰਾਜਾ ਰਤਨ ਰਾਏ ਨੇ ਪੇਸ਼ ਕੀਤਾ ਸੀ, ਰਾਜਾ ਰਤਨ ਰਾਏ ਅਸਾਮ ਵਾਲਾ, ਗੁਰੂ ਤੇਗ ਬਹਾਦਰ ਮਹਾਰਾਜ ਦੇ ਵਰ ਨਾਲ ਪੈਦਾ ਹੋਇਆ ਸੀ। ਇਹਦਾ ਫਿਰ ਧਿਆਨ ਪਸ਼ਮੀਨੇ ਦੀ ਚਾਨਣੀ ਤੇ ਪਿਆ, ਜਿਹੜੀ ਉਸ ਭਲੇ ਜ਼ਮਾਨੇ ਚ ਕਾਬਲ ਦੀ ਸੰਗਤ ਨੇ 2.5 ਲੱਖ ਰੁਪਏ ਦੀ ਬਣਾ ਕੇ ਪੇਸ਼ ਕੀਤੀ ਸੀ, ਜਦੋਂ 3 ਮਣ ਰੁਪਈਏ ਦੀ ਕਣਕ ਵਿਕਦੀ ਸੀ ਉਸ ਸਸਤੇ ਜ਼ਮਾਨੇ ਚ। ਫਿਰ ਇਹਦਾ ਧਿਆਨ ਗੁਰੂ ਕੇ ਖੱਬੇ ਗੋਡੇ ਲਾਗੇ ਪਿਆ, 5 ਕਲਾ ਸ਼ਸਤਰ ਪਿਆ ਸੀ, ਇੱਕ ਬਟਨ ਨੱਪਣ ਨਾਲ ਇੱਕ ਬਣਦਾ ਸ਼ਸਤਰ, ਦੂਜਾ ਬਟਨ ਨੱਪਣ ਨਾਲ ਸ਼ਸਤਰ ਬਦਲ ਜਾਂਦਾ, 5 ਤਰ੍ਹਾਂ ਦਾ ਸ਼ਸਤਰ ਇੱਕੇ ਚੋਂ ਬਣਦਾ ਸੀ। ਇਹ ਵੀ ਰਾਜਾ ਰਤਨ ਰਾਏ ਨੇ ਪੇਸ਼ ਕੀਤਾ ਸੀ। ਸੱਜੇ ਗੋਡੇ ਲਾਗੇ ਚੰਦਨ ਦੀ ਚੌਂਕੀ ਪਈ ਹੈ, ਇੱਕ ਬਟਨ ਨੱਪਣ ਨਾਲ ਹਾਥੀ ਦੰਦ ਦੀਆਂ 4 ਪੁਤਲੀਆਂ ਨਿਕਲ ਕੇ ਸ਼ਤਰੰਜ ਖੇਡਦੀਆਂ ਨਜ਼ਰ ਆਉਂਦੀਆਂ ਸੀ। ਇਹ ਵੀ ਰਾਜਾ ਰਤਨ ਰਾਏ ਨੇ ਪੇਸ਼ ਕੀਤੀ ਸੀ ਅਸਾਮ ਵਾਲੇ ਨੇ। ਗੁਰੂ ਕੀ ਸੰਗਤ ਵੱਲੇ ਵੇਖਿਆ, ਖੱਬੇ ਪਾਸੇ ਮਹਾਰਾਜ ਦੇ ਸਾਧ ਬੈਠੇ ਸਨ,
ਝਲਕਵੀਆਂ ਗੋਗੜਾਂ, ਚਿੱਟੀਆਂ ਪੱਗਾਂ, ਚਿੱਟੇ ਚੋਲੇ, ਗਲਾਂ ਚ ਮਾਲਾ, ਹੱਥਾਂ ਚ ਸਿਮਰਨੇ, ਅੱਧ ਮੀਟੀਆਂ ਅੱਖਾਂ। ਇਹਨੂੰ ਇਉਂ ਜਾਪਿਆ, ਇੰਦਰਾਪੁਰੀ ਦੇ ਦੇਵਤੇ ਕਲਗੀਆਂ ਵਾਲੇ ਦੇ ਦਰਸ਼ਨ ਕਰਨ ਆਨੰਦਪੁਰ ਆਏ ਜਾਪਦੇ ਨੇ। ਸੱਜੇ ਪਾਸੇ ਗੁਰੂ ਕੀ ਸੰਗਤ ਵਾਲੇ ਵੇਖਿਆ, ਇਧਰ ਮਹਾਰਾਜ ਦੇ ਸੂਰਮੇ ਬੈਠਿਆ ਕਰਦੇ ਸਨ, ਵੱਡੀਆਂ ਤਲਵਾਰਾਂ ਢਾਕਾਂ ਤੇ, ਤੀਰਾਂ ਦੇ ਪੱਥੇ, ਤੀਰ ਕਮਾਨ, ਸਿਰਾਂ ਤੇ ਚੜੇ ਹੋਏ ਛੇ ਛੇ ਚੱਕਰ, ਕੜਿਆਂ ਨਾਲ ਭਰੀਆਂ ਹੋਈਆਂ ਅਰਕਾਂ ਤੱਕ ਬਾਹਾਂ। ਖੁਸ਼ੀ ਵਿਚ ਆਇਆ ਸੂਰਮਾ ਬਾਂਹ ਹਿਲਾਵੇ, ਕੜੇ ਤੇ ਕੜਾ ਠੀਕ ਕੇ ਆਵਾਜ਼ ਐਂ ਆਵੇ ਜਿਵੇਂ ਇੰਦਰ ਦੀ ਬਿਜਲੀ ਧਰਤੀ ਤੇ ਆ ਕੜਕੀ ਹੁੰਦੀ ਹੈ। ਨਾ ਚਾਹੁੰਦਾ ਹੋਇਆ ਵੀ ਰਾਜਾ ਭੀਮ ਚੰਦ ਕੈਲੂਰੀਆ ਕਲਗੀਆਂ ਵਾਲੇ ਦੇ ਚਰਨਾਂ ਤੇ ਝੁਕਣ ਲਈ ਜਿਵੇਂ ਮਜਬੂਰ ਹੋ ਗਿਆ, ਗੁਰਮੁਖ ਸਿੰਘ ਐਮਏ ਦੀ ਕਲਮ ਨੇ ਨਕਸ਼ਾ ਖਿੱਚਿਆ, ਛੰਦ ਹੈ 94 ਕਲੀਆ, ਇਉਂ ਬੇਨਤੀ ਕੀਤੀ ਜਾ ਰਹੀ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨਾ ਸਾਕੋ, ਤੂੰ ਠਾਕਰੀ ਊਚ ਭਗਵਾਨਾ, ਝੂਠ ਨਾ ਮਾਰੇ ਸੱਚ ਨੂੰ, ਸੱਪ ਨੀ ਛੱਡਦੇ ਯਾਰ, ਕਰਦੇ ਤਰਸ ਜਲਾਦ ਨਹੀਂ, ਗੁਪਤ ਨੀ ਰਹਿੰਦੇ ਸ਼ੈਰ, ਗਲ ਚੋਲਾ ਰੇਸ਼ਮ ਪਾ ਬਦੀ ਦਸਤਾਰ, ਜੁੱਤੀ ਤਰੇਦਾਰ ਬਣਾਉਂਦਾ ਟੋਰ, ਦੱਸਣ ਲਈ ਜ਼ੋਰ ਕੜੇ ਕਈ ਕਰਤਾ ਗੁਰੂ ਘਰ ਜਾਣਾ, ਲਾਕ ਲਗੀ ਹੀਰਾਂ ਦੀ ਪਹਿਨ ਕੇ ਮਾਲਾ, ਕਰਨ ਵਖਾਲ ਦੱਸਣ ਲਈ ਸ਼ਾਨ ਮਤਾ ਅਭਮਾਨ, ਜੜੇ ਕਈ ਜੜਤਾ ਰੋਗ ਖਾਣਾ, ਸ਼ਾਨ ਮੇਰੀ ਤੱਕ ਕੇ ਗੁਰੂ ਖੁਦ ਢਈ ਕੇ ਚਰਨੀ ਪਈ ਕੇ ਮਨੂੰਗਾ ਹਾਰ, ਕਰੂ ਸਤਕਾਰ ਸੋਚੀ ਗਲਤਾਨ, ਗੁਰੂ ਦਰ ਕੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ, ਭੀਮ ਚੰਦ ਰਾਣਾ ਨੀਤ ਦਾ ਕਾਣਾ, ਸੋਚਾਂ ਵਿੱਚ ਬਹਿ ਗਿਆ ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ, ਫੱਬਣ ਪੈ ਆਸਣ ਤੇ ਗੁਰੂ ਦਸਮੇਸ਼ਾ, ਫੱਬਣ ਪੈ ਆਸਣ ਤੇ ਗੁਰੂ ਦਸਮੇਸ਼ਾ, ਦਰਵੇਸ਼ ਮਤੇ ਤੇ ਡਲਕ ਨਰਾਨੀ ਝਲਕ, ਤੇਜ ਜੋ ਭਾਨ ਮਾਰਦਾ ਚਮਕਾ, ਸਿਰ ਕਲਗੀ ਸੋਦੀ ਪਈ ਹੀਰਿਆਂ ਜਰੀ, ਮੋਤੀਆਂ ਮਰੀ ਨੈਣਾ ਮੇ ਮਸਤੀ ਅਗੰਮੀ ਹਸਤੀ, ਸੁਣ ਸੁਲਤਾਨ ਮਾਰਦੇ ਧਮਕਾ, ਜੋ ਚੰਨ ਪਰਿਵਾਰ ਵਿੱਚੋਂ ਨਰਾਲੀ ਸ਼ਾਨ, ਪਿਆਰ ਦੀ ਖਾਣ ਹੰਕਾਰ ਦਾ ਕਿਲਾ ਹੋ ਗਿਆ ਢਲਾ, ਤੇ ਆਕੜ ਖਾਨ ਸਦਾ ਹੋ ਤੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ, ਭੀਮ ਚੰਦ ਰਾਣਾ ਨੀਤ ਦਾ ਕਾਣਾ, ਸੋਚਾਂ ਵਿੱਚ ਬਹਿ ਗਿਆ ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ, ਕਿਤੇ ਜੜਤ ਚਾਨਣੀ ਦੀ ਪਛਮ ਦੀਆਂ ਤਾਰ, ਸੋਨੇ ਦੀਆਂ ਤਾਰ, ਵੇਲਾਂ ਕਈ ਉਣੀਆਂ ਕਲਾ ਦੀਆਂ ਗੁਣੀਆਂ, ਉਲੀਕੇ ਨਕਸ਼ ਅਕਲ ਚਕਰ ਆ ਗਈ, ਚੰਦਨ ਦੀ ਚੌਂਕੀ ਤੋਂ ਪੁਤਲੀਆਂ ਨੱਚਣ, ਦਿਲਾਂ ਨੂੰ ਜਤਨ ਕਰਦੀਆਂ ਖੇਲਾਂ, ਜਦਈ ਖੇਲਾਂ ਕਲਾ ਦਾ ਲਕਸ਼ ਫਿਲਮ ਬਣ ਛਾ ਗਈ, ਪੰਜ ਕਲਾ ਦੇ ਸ਼ਸਤਰ ਦੀਆਂ ਐਸੀਆਂ ਚਾਲਾਂ, ਦਿਸਣ ਕਮਾਲਾਂ ਬਣਨ ਹਥਿਆਰ, ਪੰਜੇ ਪੰਜ ਵਾਰ ਹਕਿਰਤ ਮਹਾਨ ਦਲਾਂ ਵਿੱਚ ਠੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ, ਭੀਮ ਚੰਦ ਰਾਣਾ ਨੀਤ ਦਾ ਕਾਣਾ, ਸੋਚਾਂ ਵਿੱਚ ਬਹਿ ਗਿਆ ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਚੁੱਕ ਗਿਆ, ਫਿਰ ਖੱਬੇ ਪਾਸੇ ਸੀ ਗੁਰੂ ਕੇ ਸੰਤ, ਨਾਮ ਤਨਵੰਤ ਚੋਲੇ ਗਲ ਖੁੱਲੇ, ਨੂਰ ਪਿਆ ਡੁੱਲੇ ਨੈਣ ਰਸ ਗੁਦੇ, ਮਗਨ ਹੋ ਜੁੜ ਗਏ ਸਿਰ ਗੋਲ ਦਮਾਲੇ ਸੀ, ਚਿੱਟੇ ਵਿੱਚ ਰੰਗ ਦੇ ਸ਼ਾਂਤੀ ਮੰਗਦੇ, ਜੋ ਸ਼ਿਵ ਬਰਮਾ ਕਰੇ ਪਰਿਕਰਮਾ, ਪਵਨ ਬਣ ਕੁਦੇ ਪਿਆਰ ਵਿੱਚ ਰੁੜ ਗਏ, ਇੰਦਰਪੁਰੀ ਦੇ ਜੀ ਦੇਵਤੇ ਆ ਕੇ ਸੀਸ ਝੁਕਾ ਕੇ ਪੜਨ ਸੁਖ ਮਣੀਆਂ, ਪਿਆਰ ਦੀਆਂ ਕਣੀਆਂ ਠੰਡ ਬਰਸਾਣ, ਹਨੇਰਾ ਮੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ,
ਚੰਦਰਾਣਾ ਨੀਤ ਦਾ ਕਾਣ ਸੋਚਾਂ ਵਿੱਚ ਵਹਿ ਗਿਆ ਮਾਣ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ ਜਦ ਸੱਚੇ ਤਾਰ ਪਈ ਜੋਰੇ ਜਰਨੈਲ ਕਰਨ ਪੈ ਕਹਿ ਦੱਸਣ ਪੈ ਚੱਕਰ ਲੈਣਗੇ ਟੱਕਰ ਤੀਰਾਂ ਦੇ ਪੱਥੇ ਬੰਨਣਗੇ ਅੜੀਆਂ ਮੋਢਿਆਂ ਤੇ ਟਾਲਾਂ ਸੀ ਸਜਣ ਪੈ ਲਾੜੇ ਤੇ ਕੋਈ ਹਾਰ ਨਰਾਲੀ ਕਿਸਮ ਬਲਾ ਦੀ ਜਿਸਮ ਪਗਣ ਪੈ ਮੱਥੇ ਲਾਲੀਆਂ ਚੜੀਆਂ ਸ਼ਾਨ ਗੁਰਾਂ ਨੂੰ ਝੁੱਕ ਗਿਆ ਹਾਥੀ ਪਰਸਾਦੀ ਦੇ ਸੁਣ ਤੋਂ ਲਾ ਕੇ ਪੂਛ ਤੱਕ ਜਾ ਕੇ ਚਿੱਟੀ ਦੁੱਧ ਧਾਰੀ ਸੁੰਦਰਤਾ ਨਿਆਰੀ ਭੂਰੇ ਰੰਗ ਉੱਤੇ ਦਿਲਾਂ ਨੂੰ ਭਾਵੇ ਹੋ ਕੁਦਰਤ ਮੋਤ ਗਈ ਬਣਾ ਕੇ ਟੋਰ ਕਰੇ ਪਿਆ ਚੋਰ ਚਰਨ ਪਿਆ ਚੁੰਮੇ ਮਹਤ ਹੋ ਘੁੰਮੇ ਅੰਗ ਅੰਗ ਤੇ ਰਾਜਾ ਸ਼ਰਮਾਵੇ ਕਰਤਵ ਵਿੱਚ ਮਾਹਰ ਸੀ ਤੀਰ ਚੁੱਕ ਲਿਆਉਂਦਾ ਚਰਨ ਧਵਾਉਂਦਾ ਕਰੇ ਪਿਆ ਖੇਲ ਅਨੋਖਾ ਮੇਲ ਬੁੱਧੀ ਹੈਰਾਨ ਭੀਮ ਚੰਦ ਰਾਣਾ ਨੀਤ ਦਾ ਕਾਣ ਸੋਚਾਂ ਵਿੱਚ ਵਹਿ ਗਿਆ ਮਾਣ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ ਭਗਤੀ ਤੇ ਸ਼ਕਤੀ ਰੇ ਸੂਮੇ ਪੈ ਲਗਣ ਪਿਆਰੇ ਲਗਣ ਦੇਖ ਤੇ ਤੇਗ ਚਲੇ ਜੋ ਵੇਖ ਗੁਰੂ ਦਰਬਾਰ ਸੋਭਾ ਪਿਆ ਪਾਵੇ ਅੱਖੀਆਂ ਚੁੰਦੇ ਆ ਗਈਆਂ ਸ਼ੁੱਧ ਸਾਹ ਭੁੱਲ ਗਈ ਮਿੱਟੀ ਵਿੱਚ ਰੁਲ ਗਈ ਅਣਖ ਤੇ ਆਣ ਹੋਇਆ ਪਰੇਸ਼ਾਨ ਖਾਮ ਦਾ ਕਾਰ ਪੇਸ਼ ਨਾ ਜਾਵੇ ਗੁਰਮੁਖ ਗੁਰ ਹੁਕਮੇ ਉੱਤੇ ਛਾਉਂਦੇ ਅੱਖਾਂ ਪਾਵਦੇ ਮਾਨ ਖੜੇ ਮੁਸਕਾਨ ਹੋਣ ਕੁਰਬਾਨ ਜ਼ੁਲਮ ਤੱਕ ਰੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣ